이런 아빠 일어서 앉아. अच्छा ऐसे नहीं दसना कि तू मजदूर है अच्छा ठीक है दसना तू ही है मैं नहीं दसंगा लेकिन दिहाड़ी 400 ही लांगा मैं पैसे तेन प्रॉपर मिलेंगे ठीक है कोई हल्की गल नहीं करनी ठीक है ठीक है सारी गल वजनी करनी है ठीक है राइट कपड़े का कपड़े का तू ये कहना कि जो कपड़े ने ये मैं फिल्मी कपड़े पा ਠੀਕ ਹੈ ਕਹਿਣਾ ਕਿ ਮੇਰਾ ਆਪਣਾ ਦੇ ਵਿਸਾਚੀ ਦਾ ਸੂਟ ਬਾਹਰ ਵੈਨਿਟੀ ਵੈਨ ਚ ਪਿਆ ਅੱਛਾ ਮੇਰੀ ਚਾਚੀ ਦਾ ਸੂਟ ਉਹ ਸੱਚ ਤੂੰ ਕਹਿ ਅਰਮਾਨੀ ਦਾ ਸੂਟ ਅਰਮਾਨੀ ਹਾਂ ਠੀਕ ਹੈ ਕਹਿਣਾ ਇਹ ਫਿਲਮ ਦੇ ਕੱਪੜੇ ਨੇ ਹਾਂ ਲੇਕਿਨ 400 ਦੇ ਦੇ ਮਨਾ ਕੀਤਾ ਨਾ ਨਹੀਂ ਗੱਲ ਠੀਕ ਹੈ ਹੁਣ ਮੈਂ ਤੇਰਾ ਇੰਟਰੋਡਕਸ਼ਨ ਕਰਾ ਦੇ ਓਕੇ ਜੀ ਹੀਰੋ ਬਣਨਾ ਹੈ ਦੋਸਤੋ ਭਾਈ ਇਹ ਹੀਰੋ ਹੈ ਜੀ ਇਹ ਫਿਲਮ ਕਬਰਸਤਾਨ ਚੱਲਣੀ ਹੈ ਕਬਰ ਕੱਢਣ ਦਾ ਮੈਂ 1000 ਰੁਪਏ ਲਾਂਗਾ 1000 ਰੁਪਏ दूरों शॉट लावांगे लगेगा ही कट रहे हैं ये नहीं कटेगा जरूर गल नहीं करो ठीक है आ जा सर फिल्म दी हीरोइन वास्ते क्या दी मैनू हीरोइन दोस्तों ਤੁਹਾਡੇ ਆਸੇ ਜਿਹੜੀ ਆ ਰਹੀ ਹੈ ਤੁਸੀਂ ਵੇਖੋਗੇ ਪਰੇਸ਼ਾਨ ਹੋ ਜਾਓਗੇ ਅੱਛਾ ਕੀ ਹੀਰੋਇਨ ਆਈ ਹੈ ਤੁਹਾਡੇ ਇੱਥੇ ਵਾਹ ਤੁਹਾਨੂੰ ਮਜ਼ਾ ਆ ਜਾਏਗਾ ਅੱਛਾ ਜੀ ਮੁਲਤਾਨ ਮੇ ਪੈਦਾ ਹੋਈ ਐਮਏ ਇੰਗਲਿਸ਼ ਕੀਆ ਔਰ ਫਿਰ ਆਲਾ تعلیم ਹਾਸਲ ਕਰਨੇ ਕੇ ਲੀਏ ਆਕਸਫੋਰਡ ਯੂਨੀਵਰਸਿਟੀ ਚਲੀ ਗਈ ਵਾਹ ਵਹਾਂ ਪਰ ਜਾ ਕੇ 2 ਡਿਗਰੀ ਹਾਸਲ ਕੀ ਫਿਰ ਵਹਾਂ ਸੇ ਸੋਚਾ ਕਿ ਕਿਉਂ ਨਾ ਅਮਰੀਕਾ ਚਲੀ ਜਾਓ ਵਾਹ ਅਮਰੀਕਾ ਗਈ ਵਹਾਂ ਜਾ ਕੇ ਆਲਾ تعلیم ਹਾਸਲ ਕੀ ਡਿਗਰੀਆਂ ਹਾਸਲ ਕੀ ਡਿਪਲੋਮਾ ਲਿਆ ਡਾਇਰੈਕਸ਼ਨ ਕਾ ਐਕਟਿੰਗ ਕਾ ਔਰ ਗੁਲਕਾਰੀ ਕਾ ਵਾਹ ਫਿਰ ਪਾਕਿਸਤਾਨ ਆਪਣੇ ਭਾਈ ਕੋ ਫੋਨ ਕੀਆ ਕਿ ਭਈਆ फिल्मों में काम करना चाहती हूँ गाना गाना चाहती हूँ उसके भाई ने उसको सख्ती से मना कर दिया अब उसकी जगह हमने नई लड़की मंगवाई है ਇਹਦਾ ਜ਼ਿਕਰ ਵਿੱਚ ਕਿਉਂ ਕਰ ਰਿਹਾ ਸਰ ਫਿਰ ਇਸ ਤਰ੍ਹਾਂ ਨਾ ਤੁਹਾਨੂੰ ਤੁਹਾਡੀ ਰਿਪਲੇਸਮੈਂਟ ਆਸ ਤੇ ਲੇਕਿਨ ਉਹ ਜੇ ਰਵੀ ਆਈ ਹੋ ਗਈ ਕੁੜੀ ਬਹੁਤ ਸੁਪਰਸਟਾਰ ਕੁੜੀ ਜੀ ਜੀ ਸਾਹਿਬ ਠੀਕ ਹੈ ਫਿਲਮਾਂ ਬਹੁਤ ਕੀਤੀਆਂ ਉਹਨੇ ਮੈਂ ਚਾਹ ਰਿਹਾ ਕਿ ਜ਼ਰਾ ਜੋੜ ਬਰਾਬਰ ਦਾ ਹੋਣਾ ਚਾਹੀਦਾ ਜੀ ਜੀ ਠੀਕ ਹੈ ਨਾ ਉਹਨੂੰ ਮੈਂ ਬੁਲਾਇਆ ਤੁਹਾਡੀ ਫਿਲਮ ਵਾਸਤੇ ਬਾਕੀ ਕੁੜੀਆਂ ਜਿਹੜੀਆਂ ਅਸੀਂ ਇਧਰ ਉਧਰ ਫੜ ਕੇ ਇਸਤੇਮਾਲ ਕਰ ਲਾਂਗੇ ਨਾਲ ਉਹਨੂੰ ਬਣਾ ਕੇ ਤੁਹਾਡੀ ਫਿਲਮ ਕੱਢਾਂਗੇ ਓਕੇ ਸਰ ਹੀਰੋ ਨੂੰ ਕਾਲ ਕਰ ਮਿਸ ਸ਼ੀਲਾ